ਲੁਧਿਆਣਾ GRP ਰੇਲਵੇ ਪੁਲਿਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 6-6 ਕਿਲੋ ਚਰਸ ਬਰਾਮਦ ਕੀਤੀ ਹੈ। ਚਰਸ ਨੂੰ ਬਿਹਾਰ ਤੋਂ ਲਿਆ ਕੇ ਲੁਧਿਆਣਾ 'ਚ ਵੇਚਿਆ ਜਾਣਾ ਸੀ, ਪਰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਦੋਨਾਂ ਨੂੰ ਰੇਲਵੇ ਸਟੇਸ਼ਨ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਦੋਨੋਂ ਔਰਤਾਂ 5,000 ਰੁਪਏ ਦੇ ਲਾਲਚ ਦੇ ਚਲਦਿਆਂ ਇਹ ਚਰਸ ਲੈ ਕੇ ਲੁਧਿਆਣੇ ਆਈਆਂ ਸਨ। ਪੁਲਿਸ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਅਤੇ ਹੁਣ ਪੁਲਿਸ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਲੈ ਲਿਆ ਹੈ। 2 ਸਕੀਆਂ ਭੈਣਾਂ ਜਿਨ੍ਹਾਂ ਦੇ ਕੋਲੋਂ 6-6 ਕਿਲੋ ਜਿਹੜਾ ਉਹ ਚਰਸ ਬਰਾਮਦ ਹੋਈ ਆ, ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ। ਪੇਸ਼ ਕਰਨ ਤੋਂ ਬਾਅਦ 'ਚ 1 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ। ਜੋ ਵੀ ਉਹਦੇ ਵਿੱਚ ਗਾਂ ਉਹਨਾਂ ਦਾ ਇੱਕ ਮੋਬਾਈਲ ਫੋਨ ਮਿਲਿਆ, ਜੋ ਵੀ ਉਹਦਾ ਗਾਂ ਮੋਬਾਈਲ ਫੋਨ ਤੋਂ ਜੋ ਵੀ ਟਰੇਸ ਹੋਇਆ ਜਿਹਨੂੰ ਇਹਨਾਂ ਨੇ ਲੈ ਕੇ ਆਏ ਨੇ, ਜਿੱਥੋਂ ਜਿਹਨੂੰ ਇਹ ਦੇਣੀ ਸੀ, ਜੋ ਵੀ ਅੱਗੇ ਆਇਆ ਗਾਂ ਗ੍ਰਿਫਤਾਰੀਆਂ ਜਿਹੜੀਆਂ ਉਸ ਦੀਆਂ ਬਰਕਰਾਰ ਰਹਿਣਗੀਆਂ। ਇਹ 1 ਨੂੰ ਰੇਲਵੇ ਸਟੇਸ਼ਨ ਸਰਕੂਲੇਟ ਏਰੀਆ ਨੇੜੇ ਮੰਦਰ, 1 ਰੇਲ ਸਰਕੂਲੇਟ ਏਰੀਆ ਨੀਅਰ ਰਿਜ਼ਰਵੇਸ਼ਨ ਹਾਲ RMS ਗੇਟ ਦੇ ਲਗੋਲੋਂ। ਨਹੀਂ, ਇਹ ਕੋਰੀਅਰ ਹੀ ਹੈਗੀਆਂ ਨੇ, ਇਹਨਾਂ ਨੂੰ ਕਿਸੇ ਬੰਦੇ ਨੇ ਭੇਜਿਆ ਸੀ ਤੁਸੀਂ ਇਹ ਲੈ ਕੇ, ਇਹ 5,000 ਦੇ ਲਾਲਚ ਵਿੱਚ ਦੋਨੋਂ ਭੈਣਾਂ ਹੀ ਆਈਆਂ ਨੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।